देखो नवजोत सिद्धू उहदे च बगावती सुर हैगा, उह किसे जगह च नहीं रह सकदा। जिहड़ा उहनूं तगड़ा करदा सब तो पहले उहनूं मारदा है। ऐ जी नीति उहदी है ते ऐ जी नीयत उहदी है। सो इहदे जिहड़ी पार्टी जाऊगा उस पार्टी नूं तबाह करूगा। मैं कहना चाहुंदा बड़े दुख नाल पंजाब दे मुख्यमंत्री नूं ते डिप्टी सीएम नूं, तुसीं याद करो जदों तुसीं जो साडी सरकार सी बेअदबी होई ते तुसीं सारा जोर लाता कहिंदे जी मुख्यमंत्री नूं अंदर करो, मुख्यमंत्री नूं डिप्टी सीएम नूं करो जी, उन्होंने बेअदबी कराई। ਤੁਸੀਂ ਉਦੋਂ ਸਿਆਸਤ ਖੇਡੀ, ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜਿਆ। ਤੁਸੀਂ ਜਾਣ ਕੇ ਸਾਰਾ 5 ਸਾਲ ਇਕੱਲੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਕੀਤਾ। ਹੁਣ ਵੀ ਅਸੀਂ ਸਿਆਸਤ ਨਹੀਂ ਖੇਡਣਾ ਚਾਹੁੰਦੇ, ਅਸੀਂ ਵੀ ਚਾਹੁੰਦੇ ਤਾਂ ਤੁਹਾਨੂੰ ਤੁਹਾਡੇ ਮਗਰ ਪੈ ਸਕਦੇ ਸੀ, ਪਰ ਨਹੀਂ, ਅਸੀਂ ਚਾਹੁੰਦੇ ਹਾਂ ਦੋਸ਼ੀ ਫੜੇ ਜਾਣ, ਕਿਉਂਕਿ ਤੁਹਾਡੀ ਨਲਾਇਕੀ ਕਰਕੇ 5 ਸਾਲ ਕੋਈ ਦੋਸ਼ੀ ਫੜਿਆ ਨਹੀਂ ਗਿਆ। ਅਤੇ ਇਹਨਾਂ ਨੂੰ ਹਿੰਮਤ ਪੈ ਗਈ ਕਿ ਬੇਅਦਬੀ ਕਰਨ ਦੀ। ਜੋ ਦਰਬਾਰ ਸਾਹਿਬ 'ਚ ਹੋਇਆ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਪਰ ਬੜਾ ਅਫਸੋਸ ਹੈ ਕਿ ਇੱਕ ਡਿਪਟੀ ਕਮਿਸ਼ਨਰ ਦੀ ਇੱਕ ਇਨਕੁਆਇਰੀ ਕਮੇਟੀ ਬਣਾਈ ਹੈ, ਐਡਾ ਸੀਰੀਅਸ ਮੈਟਰ ਹੈ ਜਿਹਦੇ ਘੱਟ ਤੋਂ ਘੱਟ ਇੱਕ ਜੁਡੀਸ਼ੀਅਲ ਜਾਂ ਜੱਜ ਬਿਠਾਉਣਾ ਚਾਹੀਦਾ ਸੀ ਜਿਹੜਾ ਇਹ ਸਾਰੀ ਜਾਂਚ ਕਰੇ। ਆਈ ਗੱਲਾਂ ਤੋਂ ਪਤਾ ਲੱਗਦਾ ਕਿ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ। ਇਹਨਾਂ ਦਾ ਨਿਸ਼ਾਨਾ ਕੋਈ ਬੇਅਦਬੀ ਦੇ ਦੋਸ਼ੀਆਂ ਨੂੰ ਫੜਨਾ ਨਹੀਂ, ਘੱਟ ਤੋਂ ਘੱਟ ਇਹਨਾਂ ਨੂੰ ਕੋਈ ਵੱਡੀ ਜੱਜ ਸਿਟਿੰਗ ਹਾਈਕੋਰਟ ਦੀ ਜੱਜ ਜਾਂ ਰਿਟਾਇਰਡ ਹਾਈਕੋਰਟ ਦੀ ਜੱਜ ਦੀ ਕਮਿਸ਼ਨ ਬਿਠਾ ਕੇ ਸਾਰੀਆਂ ਜਾਂਚ ਕਰਨ। 5 ਦਿਨ ਪਹਿਲੇ ਗੁਟਕਾ ਸਾਹਿਬ ਨੂੰ ਦੀ ਬੇਅਦਬੀ ਕੀਤੀ ਗਈ ਅਤੇ ਸਰੋਵਰ 'ਚੋਂ ਸਿੱਟੇ ਗਏ। ਪੰਜਾਬ ਪੁਲਿਸ ਨੂੰ ਅਸੀਂ ਮਿਲਾ ਫੜ ਕੇ ਐਚਜੀਪੀ ਨੂੰ ਦਿੱਤੇ, ਕੋਈ ਕਾਰਵਾਈ ਨਹੀਂ ਕੀਤੀ। ਉਹਦੇ ਬਾਅਦ ਦਰਬਾਰ ਸਾਹਿਬ 'ਚ ਹੋ ਗਿਆ। ਆਹ ਕਾਂਗਰਸ ਦੀ ਸਰਕਾਰ ਦੀ ਫੇਲੀਅਰ ਹੈ। ਇਹਦਾ ਇੱਕੋ ਹੀ ਕੰਮ ਹੈ, ਬਾਦਲ 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 ਦੇ ਖਿਲਾਫ, ਉਹਨਾਂ ਨੂੰ ਕੋਈ ਫਿਕਰ ਨਹੀਂ ਹੋਰ। ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਅਸੀਂ ਤੁਹਾਡੇ ਵਾਂਗੂ ਨਹੀਂ ਹੈ ਜਿਹੜੇ ਅਸੀਂ ਸਿਆਸਤ ਖੇਡੀਏ। ਮੈਂ ਤਾਂ ਪਹਿਲੇ ਵੀ ਕਿਹਾ ਸੀ ਜਿਹੜੇ ਇਨਸਾਨ ਜਿਹੜੇ ਲੀਡਰ ਬੇਅਦਬੀ ਦੇ ਗੁਰੂ ਦੇ ਮਾਮਲੇ 'ਚ ਸਿਆਸਤ ਖੇਡਣਗੇ ਉਹਨਾਂ ਦਾ ਕੱਖ ਨਹੀਂ ਰਹੂਗਾ। ਅਤੇ ਦੇਖੋ ਕਾਂਗਰਸ ਦਾ ਕੱਖ